ਬਹੁਤ ਹੀ ਸਪੈਸ਼ਲ ਵਾਲਾ ਸ਼ੂਟ ਅੱਜ ਲੈ ਕੇ ਆਇਆ ਤੁਹਾਡਾ ਪਿੰਟੂ ਸਿੰਘ ਚੈਨਲ 'ਚ, ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਆਪਣੀ ਬੈਕ ਸਾਈਡ ਆ ਗੋਲੀ ਵੜਾ ਪਾਓ ਨੰਬਰ 1 ਜਲੰਧਰ ਮੋਡਲ ਟਾਊਨ ਮਾਤਾ ਰਾਣੀ ਚੌਂਕ ਮੇਨ ਚੌਂਕ ਦੇ ਵਿੱਚ ਲੋਕੇਟਿਡ ਹੈ, ਅਤੇ ਬਹੁਤ ਹੀ ਟੇਸਟੀ ਫੂਡ ਹੈ। ਅੱਜ ਸਪੈਸ਼ਲ ਸ਼ੂਟ ਇਹ ਹੈ ਕਿ ਬੰਬੇ ਦਾ ਫੂਡ ਪੰਜਾਬ 'ਚ ਤੁਹਾਨੂੰ ਮਿਲਣ ਵਾਲਾ ਹੈ। ਅਮਚੀ ਮੁੰਬਈ ਦਾ ਸਪੈਸ਼ਲ ਵੜਾ ਪਾਓ ਅੱਜ ਲੈ ਕੇ ਆਏ ਹਾਂ ਜਲੰਧਰ ਦੇ ਵਿੱਚ, ਅਤੇ ਚਲਦੇ ਹਾਂ ਅੰਦਰ ਗੱਲਬਾਤ ਕਰਦੇ ਹਾਂ ਬਈਆ ਨਾਲ, ਸਾਰੀ ਡਿਟੇਲ ਲੈ ਕੇ ਦਿੰਦੇ ਹਾਂ ਤੁਹਾਨੂੰ। ਸਿਰਫ ਵੜਾ ਪਾਓ ਤਾਂ ਕੀ ਗੱਲ ਖਤਮ ਨਹੀਂ ਹੁੰਦੀ, ਬਹੁਤ ਸਾਰੀ ਡਿਟੇਲ ਹੈ। ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਨਾ, ਕਿਉਂਕਿ ਅੱਜ ਮੁੰਬਈ ਅਮਚੀ ਮੁੰਬਈ ਦਾ ਫੂਡ ਆਇਆ ਤੁਹਾਡੇ ਲਈ। ਪੰਜਾਬ ਦੇ ਵਿੱਚ ਸਿਰਫ ਵੜਾ ਪਾਓ ਹੀ ਨਹੀਂ ਹੈ, ਬਹੁਤ ਸਾਰੀਆਂ ਹੋਰ ਆਈਟਮਸ ਵੀ ਹੈ ਤੁਹਾਨੂੰ ਮਿਲਾਉਂਦੇ ਹਾਂ। ਵੜਾ ਪਾਓ ਦੇ ਵਿੱਚ ਹੀ ਬਹੁਤ ਸਾਰੇ ਫਲੇਵਰਸ ਨੇ ਸਾਰੇ ਮੁੰਬਈ ਵਾਲੇ, ਅਤੇ ਪਾਓ ਛੱਡ ਕੇ ਜੋ ਵੀ ਬਾਕੀ ਦਾ ਰਾ ਮਟੀਰੀਅਲ ਸਾਰੀ ਜੋ ਵੀ ਕੁਕਿੰਗ ਦਾ ਸਮਾਨ ਸਾਰਾ ਆਉਂਦਾ ਨਾ, ਸਾਰਾ ਬੰਬੇ ਤੋਂ ਭਾਜੀ ਨੂੰ ਇੱਥੇ ਆਉਂਦਾ, ਸਾਰਾ ਤੁਹਾਡੇ ਲਈ ਬਣਾਉਂਦੇ ਆ। ਬਹੁਤ ਹੀ ਟੇਸਟੀ ਵਾਲਾ ਫੂਡ ਹੈ, ਮੌਸਮ ਵੀ ਬੜਾ ਮਸਤ ਹੋ ਰਿਹਾ, ਅਤੇ ਜੀਤ ਭਰਾ ਮੇਰੇ ਨਾਲ ਹੈ। ਜੀਤ, ਮਜ਼ਾ ਆਉਣ ਵਾਲਾ ਅੱਜ ਮੁੰਬਈ ਮੈਂ ਇੱਕ ਔਥਰ ਹਾਂ, ਨਾਲ ਮੈਂ ਫਰੈਂਚਾਈਜ਼ੀ ਰਨ ਕਰਦਾ। ਮੇਰਾ ਰੈਜੀਡੈਂਸ ਮੋਡਲ ਟਾਊਨ ਜਲੰਧਰ ਪੰਜਾਬ 'ਚ, ਅਤੇ ਮੈਨੂੰ ਭਾਈ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਮੈਂ ਭਾਈ ਨੂੰ ਕਾਫੀ ਦੇਰ ਤੋਂ ਫੋਲੋ ਕਰ ਰਿਹਾ, ਅਤੇ ਅੱਜ ਭਾਈ ਮੇਰੇ ਰੈਸਟੋਰੈਂਟ ਆਏ ਹਾਂ, ਅਤੇ ਅੱਜ ਮੈਨੂੰ ਵੀ ਕੁਝ ਸਿੱਖਣ ਨੂੰ ਮਿਲੂਗਾ। ਥੈਂਕ ਯੂ ਸੋ ਮਚ ਜੀ। ਅਤੇ ਇਹਦੇ 'ਚ ਆਪਾਂ ਵੀ ਆ ਦੱਸਣਾ ਚਾਹੁੰਦੇ ਹਾਂ ਇਹਦੀ ਫਰੈਂਚਾਈਜ਼ੀ ਬਾਰੇ ਥੋੜ੍ਹੀ ਜਿਹੀ ਡਿਟੇਲ ਮਿਲੇਗੀ, ਆਪਾਂ ਕਦੋਂ ਤੋਂ ਇਹਦੇ ਨਾਲ ਜੁੜੇ ਹੋਏ ਹਾਂ, ਅਤੇ ਆਪਣੇ ਕਸਟਮਰ ਕਿੱਦਾਂ ਸੈਟੀਸਫਾਈਡ ਅਸੀਂ ਕਰਦੇ ਹਾਂ, ਅਤੇ ਕਿੱਦਾਂ ਫੂਡ ਕਿੱਥੋਂ ਪ੍ਰੋਵਾਈਡ ਹੁੰਦਾ, ਥੋੜ੍ਹੀ ਜਿਹੀ ਡਿਟੇਲ ਆਪਾਂ ਡੀਪਲੀ ਦੇਈਏ। ਮੈਨੂੰ ਟੋਟਲੀ 2 ਸਾਲ ਹੋ ਗਿਆ ਹੈ ਪੁਣੇ ਬੇਸ ਫਰੈਂਚਾਈਜ਼ੀ ਹੈ, ਮੋਸਟਲੀ ਮਹਾਰਾਸ਼ਟਰ ਬੇਸ, ਸਾਰਾ ਜੋ ਇਹਦਾ ਟੇਸਟ ਆ, ਜੋ ਵੀ ਆਪਾਂ ਕਹਿ ਲੈਂਦੇ ਹਾਂ ਜੋ ਵੀ ਸਵਾਦ ਹੈਗਾ, ਇਹ ਤੋਂ ਸਾਰਾ ਮੁੰਬਈ ਬੇਸਡ ਆ, ਟਿਪੀਕਲ ਮੁੰਬਈ ਫੂਡ ਹੈ ਇਹ। ਅਬ ਜੋ ਕਿ ਬਾਤ ਮੈਂ ਹਿੰਦੀ ਮੈਂ ਐਕਸਪਲੇਨ ਕਰਤਾ ਹੂੰ, ਮੈਂ ਈਜ਼ੀਲੀ ਐਕਸਪਲੇਨ ਕਰ ਦੂੰਗਾ। ਸ਼ੋਰ ਸ਼ੋਰ ਸ਼ੋਰ, ਤੇ ਪਲੀਜ਼ ਮਾਈਂਡ ਨਾ ਕਰਨਾ ਵੀਰਾ, ਹਿੰਦੀ 'ਚ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਤੁਹਾਨੂੰ ਐਕਸਪਲੇਨ ਕਰ ਪਾਏਗਾ, ਅਤੇ ਇਸ ਕਰਕੇ ਅਮਚੀ ਮੁੰਬਈ ਯਾਰ ਫੂਡ ਹੈ, ਅਤੇ ਥੋੜ੍ਹਾ ਜਿਹਾ ਵੀਰਾਂ ਨੂੰ ਮੈਂ ਕਹੂੰਗਾ ਕਿ ਕੋਈ ਦਿੱਕਤ ਨਹੀਂ, ਆਪਾਂ ਨੂੰ ਹਿੰਦੀ 'ਚ ਦੱਸਣ ਸਾਡੇ ਦੋਸਤਾਂ ਨੂੰ। ਜੀ ਸਰ, ਅਤੇ ਐਕਚੁਲੀ ਹੁੰਦਾ ਕੀ ਹੈ ਕਿ ਸਾਨੂੰ ਜਿਹੜਾ ਫੂਡ ਹੈ, ਜੋ ਵੀ ਫੂਡ ਹੈ, ਉਹ ਹਮੇ ਆਤਾ ਹੈ ਮੁੰਬਈ ਸੇ, ਮੁੰਬਈ ਸੇ ਫਰੋਜ਼ਨ ਫੂਡ ਆਤਾ ਸਾਰਾ, ਯਹਾਂ ਆ ਕੇ ਹਮ ਮੋਸਟਲੀ ਫਰਾਈ ਕਰਤੇ, ਔਰ ਇਹ ਮੋਸਟਲੀ ਵੀਕਲੀ ਆਤਾ, ਲਾਈਕ 2 ਵੀਕਸ ਬਾਅਦ ਆ ਗਿਆ ਜਾਂ ਵੀਕਲੀ ਆ ਗਿਆ, ਔਰ ਜੋ ਪਾਓ ਹੈ, ਜੋ ਮੇਨ ਪਾਓ ਹੈ, ਉਹ ਯਹਾਂ ਹੀ ਬਣਤੇ ਹੈ, ਉਹ ਵੀ ਉਹਨਾਂ ਨੇ ਜੋ ਫਰੈਂਚਾਈਜ਼ੀ ਹੋਣ, ਜਿਹਨਾਂ ਦੀ ਵੀ ਫਰੈਂਚਾਈਜ਼ੀ ਹੈ, ਜਿਹਨਾਂ ਨੇ ਵੀ ਸ਼ੁਰੂ ਕੀਆ, ਉਹੀ ਹਮੇ ਜੋ ਸਟੈਂਸਿਲਸ ਹੈ ਜਾਂ ਮੋਲਡਸ ਹੈ, ਉਹ ਵੀ ਪ੍ਰੋਵਾਈਡ ਕਰਵਾਤੇ ਹੈ। ਬਸ ਹਮਾਰਾ ਕਾਮ ਹੋਤਾ ਹੈ ਕਿ ਕਸਟਮਰ ਕੋ ਉਹੀ ਚੀਜ਼ ਦੇਣਾ ਜੋ ਉਹ ਡਿਜ਼ਰਵ ਕਰਤੇ ਹੈ, ਜਾਂ ਜੋ ਵੀ ਉਨਕੋ ਚਾਹੀਏ। ਮਤਲਬ ਟੋਟਲ 100% ਰੈਸਪੀ ਹੈ ਜਿਹੜੀ, ਉਹ ਸਾਰੀ ਮੁੰਬਈ ਮਹਾਰਾਸ਼ਟਰ ਮੁੰਬਈ ਦੀ ਚਲਦੀ ਆ ਰਹੀ ਹੈ। ਤੇ ਭਈਆ ਸਭ ਤੋਂ ਸਪੈਸ਼ਲ ਵਾਲਾ ਕੀ ਫੂਡ ਹੈ, ਪਰ ਇੱਕ ਗੱਲ ਹੋਰ ਸ਼ੇਅਰ ਕਰਦਾ, ਪਿਓਰ ਵੈਜ ਫੂਡ ਹੈ ਆਪਣੇ ਕੋਲ? ਪਿਓਰ ਵੈਜ, ਇੱਕ ਗੱਲ ਬੜੀ ਜ਼ਰੂਰੀ ਹੈ ਕਿ ਅੱਜ ਦਾ ਸ਼ੂਟ ਹੈ ਜਿਹੜਾ ਸਾਡੇ ਸਪੈਸ਼ਲੀ ਵੈਜ ਲਵਰਸ ਵਾਸਤੇ ਹੈ, 100% ਵੈਜ ਹੈ, ਤੇ ਸਾਡੇ ਲਈ ਕੀ ਲਵਾ ਰਹੇ ਹੋ? ਮੇਰਾ ਬ੍ਰਦਰ ਮੇਰੇ ਨਾਲ ਹੈ ਜੀ, ਹੁਕਮ ਸਰ, ਇਹ ਬਹੁਤ ਤੇ ਲੱਗ ਰਿਹਾ, ਮੇਰੇ ਤੋਂ ਵੀ ਵੱਡਾ ਪਿੰਟੂ ਸਿੰਘ ਹੈ, ਤੇ ਇਸ ਕਰਕੇ ਫੂਡ ਜ਼ਰਾ ਜ਼ਬਰਦਸਤ ਜਿਹਾ ਲਵਾਓ, ਸਾਡੇ ਲਈ ਕੀ ਲਵਾ ਸਕਦੇ ਸਰ? ਆਪਣਾ ਮੋਸਟਲੀ ਜੋ ਮੁੰਬਈ ਦਾ ਟਿਪੀਕਲੀ ਫੇਮਸ ਹੈ ਉਹ ਕਲਾਸਿਕ ਹੈ। ਕਲਾਸਿਕ ਹੀ, ਇੱਕ ਕਲਾਸਿਕ ਲਵਾਨੇ, ਇੱਕ ਆਪਾਂ ਹੋਰ ਲਵਾਨੇ ਹੈ। ਹੋਰ ਇਹਦਾ ਫੇਮਸ ਵੜਾ ਪਾਓ ਹੈਗਾ ਚੀਜ਼ ਬਸਟ, ਉਹ ਹਲੇ ਮੈਨੂ ਚ ਨਹੀਂ ਐਡ, ਬਟ ਉਹ ਮੁੰਬਈ ਦਾ ਕਾਫੀ ਫੇਮਸ ਹੈ। ਤੇ ਭਈਆ ਇੱਕ ਚੀਜ਼ ਬਸਟ ਤੇ ਇੱਕ ਕਲਾਸਿਕ, ਆਪਾਂ ਦੋਨੋਂ ਵੜਾ ਪਾਓ ਟੇਸਟ ਕਰਦੇ ਹਾਂ, ਤੇ ਤੁਹਾਨੂੰ ਡਿਟੇਲ ਚ ਦੱਸਦੇ ਹਾਂ ਕਿੱਦਾਂ। ਤੇ ਇਸ ਤੋਂ ਪਹਿਲਾਂ ਆਪਣੀ ਬ੍ਰਾਂਚ ਕਿੱਥੇ ਹੈਗੀ ਹੈ ਵਾਲੀ ਗੋਲੀ ਵੜਾ ਪਾਓ ਨੰਬਰ 1, ਤੇ ਪਲੱਸ ਇੱਥੇ ਦਾ ਕੋਈ ਫੋਨ ਨੰਬਰ ਜਾਂ ਆਪਾਂ ਜ਼ੋਮੈਟੋ ਜਾਂ ਸਵਿਗੀ ਦੇ ਵੀ ਆ, ਥੋੜੀ ਜਿਹੀ ਇਹਦੇ ਬਾਰੇ ਡਿਟੇਲ ਦੇ। ਠੀਕ, ਆਪਾਂ ਤੇ ਫਸਟਲੀ ਆਪਾਂ ਜ਼ੋਮੈਟੋ ਤੇ ਸਵਿਗੀ ਦੋਨੋਂ ਤੇ ਅਵੇਲੇਬਲ ਆ, ਤੇ ਮੇਰੀ ਦੁਕਾਨ ਜਾਂ ਇਹ ਫਰੈਂਚਾਈਜ਼ੀ ਆਪਣੇ ਪੰਜਾਬ ਜਲੰਧਰ ਮੋਡਲ ਟਾਊਨ ਸ਼ੋਪ ਨੰਬਰ 3 ਹੈ, ਮਾਤਾ ਰਾਣੀ ਚੌਂਕ ਦੇ ਬਿਲਕੁਲ ਕਲੋਸ ਪੜਤੀ ਹੈ ਇਹ ਜਲੰਧਰ ਜਲੰਧਰ। ਤੇ ਫੋਨ ਨੰਬਰ ਵੀ ਆ, ਫੋਨ ਨੰਬਰ 9872639411, ਇਹ ਮੇਰਾ ਪਰਸਨਲ ਮੋਬਾਈਲ ਨੰਬਰ ਹੈ, ਔਰ ਇਹੀ ਫਰੈਂਚਾਈਜ਼ੀ ਵੀ ਰਜਿਸਟਰਡ ਹੈ। ਤੇ ਇਹ ਸੀਗੀ ਫੁੱਲ ਡਿਟੇਲ, ਹੁਣ ਆਪਾਂ ਆਪਣਾ ਆਰਡਰ ਲਗਵਾਉਂਦੇ ਹਾਂ, ਅਤੇ ਕੁਝ ਕਸਟਮਰ ਖੜੇ ਨੇ, ਮੈਂ ਉਹਨਾਂ ਕੋਲੋਂ ਫੀਡਬੈਕ ਜ਼ਰੂਰ ਲੈਣਾ ਚਾਹੂੰਗਾ, ਕਸਟਮਰ ਫੀਡਬੈਕ ਲੈ ਕੇ ਫਿਰ ਆਪਾਂ ਆਪਣਾ ਫੋਟੇਜ ਕਰਦੇ ਹਾਂ ਅਤੇ ਸਾਰੀ ਡਿਟੇਲ। ਇੱਥੇ ਦਾ ਕਸਟਮਰ ਫੀਡਬੈਕ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ, ਕਿਉਂਕਿ ਮੇਰੇ ਦੋਸਤਾਂ ਨੂੰ ਮੈਂ ਤਾਂ ਤਾਰੀਫ ਕਰਦਾਂਗਾ, ਜਿਨ੍ਹਾਂ ਦੀ ਸ਼ੋਪ ਆ ਉਹ ਵੀ ਤਾਰੀਫ ਕਰਨਗੇ, ਬਟ ਰਿਐਲਿਟੀ ਗਰਾਊਂਡ ਰਿਐਲਿਟੀ ਉਹ ਹੁੰਦੀ ਹੈ ਜਿੱਥੇ ਕਸਟਮਰ ਕੁਝ ਆਪਣਾ ਫੀਡਬੈਕ ਦੇਵੇ। ਅਤੇ ਬਈਆ ਆਪਣਾ ਨਾਮ ਤਾਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਜੀ? ਮੈਂ ਤਲਵਾੜਾ ਤੋਂ, ਡਿਸਟ੍ਰਿਕਟ ਪੰਜਾਬ ਤੋਂ। ਤਲਵਾੜਾ ਤੋਂ ਡਿਸਟ੍ਰਿਕਟ ਪੰਜਾਬ, ਨਾਮ ਕੀ ਆਪਣਾ? ਸਚਿਨ ਸੋਨੀ। ਸਚਿਨ ਬਈਆ ਦਾ ਨਾਮ ਹੈ, ਅਤੇ ਬਈਆ ਕਿੰਨੀ ਵਾਰੀ ਇੱਥੇ ਫੂਡ ਟ੍ਰਾਈ ਕੀਤਾ ਅਤੇ ਕਿੱਦਾਂ ਦਾ ਲੱਗਦਾ? ਅਸੀਂ 3-4 ਵਾਰ ਆਏ ਹਾਂ। ਕਿੱਦਾਂ ਦਾ ਫੂਡ ਲੱਗਦਾ? ਬਹੁਤ ਵਧੀਆ ਲੱਗਦਾ, ਇਹ ਪੂਰਾ ਮੁੰਬਈ ਵਾਲਾ ਸਵਾਦ ਆਉਂਦਾ, ਬਿਲਕੁਲ ਮੁੰਬਈ ਵਾਲਾ ਸਵਾਦ ਆਉਂਦਾ, ਤਾਂ ਹੀ ਸਾਰਾ ਛੱਡ ਕੇ, ਮਤਲਬ ਮੋਡਲ ਦਾ ਪੂਰਾ ਛੱਡ ਕੇ ਇੱਥੇ ਆਈਦਾ ਖਾਣ। ਅਤੇ
ਯਾਰ ਭਾਜੀ ਜੇ ਦੱਸਾਂ ਜੋ ਕੁਛ ਨੰਬਰ ਦੇਣਾ ਚਾਹੀਏ ਤਾਂ ਕਿੰਨਾ ਨੰਬਰ ਦੇ ਸਕਦੇ ਆ ਜੀ ਨੰਬਰ ਮਤਲਬ ਬੜਾ ਅਲੱਗ ਟੇਸਟ ਹੈ ਹਾਂ ਪੂਰਾ 10 ਚੋਂ 10 ਨੰਬਰ ਤੇ ਆਪਣੇ ਬੱਚੇ ਵੀ ਨਾਲ ਨੇ ਤੇ ਫੈਮਿਲੀ ਨਾਲ ਹੈ ਆਪਾਂ ਸਾਰਿਆਂ ਦਾ ਫੀਡਬੈਕ ਥੋੜਾ ਜਿਹਾ ਲੈਣੇ ਕਿਉਂਕਿ ਹਰ ਬੰਦੇ ਦਾ ਆਪਣਾ ਟੇਸਟ ਹੁੰਦਾ ਤੇ ਪਲੀਜ਼ ਤੁਸੀਂ ਦੱਸੋਗੇ ਆਪਣਾ ਕਿੱਦਾਂ ਦਾ ਟੇਸਟ ਲੱਗਦਾ ਆਪਾਂ ਨੂੰ ਹਾਂਜੀ ਆਪਾਂ ਨੂੰ ਬੈਸਟ ਟੇਸਟ ਲੱਗਿਆ ਇੱਥੇ ਬੈਸਟ ਟੇਸਟ ਕਿੱਦਾਂ ਵੀਰ ਮੇਰੇ ਗੁੱਡ 10 ਚੋਂ ਕਿੰਨੇ ਮਾਰਕਸ ਦੇਣਾ ਚਾਹੇਗਾ 10 ਆਊਟ ਆਫ 10 ਯਾਰ ਤੇ ਰਿਐਲਿਟੀ ਹੈ ਕਿ ਬਾਕੀ ਫੂਡ ਬਹੁਤ ਟੇਸਟੀ ਆ ਤੇ ਬਾਕੀ ਆਪਾਂ ਆਪ ਖਾਂਦੇ ਹਾਂ ਫੂਡ ਸਾਡਾ ਲੱਗ ਚੁੱਕਾ ਹੈ ਤੇ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਦਾ ਟੇਸਟ ਹੈ ਭੁੱਖ ਮੈਨੂੰ ਜ਼ਿਆਦਾ ਲੱਗੀ ਆ ਨਾ ਗਗਨ ਭਾਈ ਉਹਨਾਂ ਕੋਲ ਸ਼ੇਅਰ ਕਰਨਾ ਅੱਜ ਆਪਾਂ ਤੇ ਆਪਾਂ ਪਹਿਲੇ ਹੀ 50-50 ਕਰਾ ਚੁੱਕੇ ਹਾਂ ਤੇ ਦੋਨੋਂ ਬਰਗਰ ਦੇ ਵਿੱਚ ਤੁਹਾਨੂੰ ਮੈਂ ਜ਼ਰਾ ਦਿਖਾ ਦਿੰਦਾ ਪਾਓ ਸੋਰੀ ਬਰਗਰ ਮੂੰਹ 'ਚੋਂ ਨਿਕਲਦਾ ਪੈ ਗਿਆ ਕਿਉਂਕਿ ਯਾਰ ਆਪਾਂ ਪੰਜਾਬ 'ਚ ਰਹਿਣ ਵਾਲੇ ਹਾਂ ਅਤੇ ਵਿੱਚ ਇਹ ਵੇਖ ਸਕਦੇ ਹੋ ਜਿਹੜਾ ਕਲਾਸਿਕ ਹੈ ਨਾ ਉਹ ਸਿਰ ਸੋਰੀ ਜਿਹੜਾ ਚੀਜ਼ ਬਸਟ ਹੈ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਯਾਰ ਫੀਲਿੰਗ ਹੀ ਬਹੁਤ ਅਲੱਗ ਟਾਈਪ ਦੀ ਕੀਤੀ ਹੋਈ ਆ ਅਤੇ ਜਿਹੜਾ ਕਲਾਸਿਕ ਹੈ ਕਲਾਸਿਕ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਕਲਾਸਿਕ ਦੇ ਵਿੱਚ ਟਿੱਕੀ ਹੈ ਉਹ ਆਲੂ ਦੀ ਭਰੀ ਆ ਰੱਜ ਕੇ ਅਤੇ ਦੋਨੋਂ ਟੇਸਟ ਕਰਕੇ ਦੱਸਦੇ ਕਿੱਦਾਂ ਦਾ ਟੇਸਟ ਹੈ ਪਹਿਲੇ ਕਰਦੇ ਆ ਇਹ ਵਾਲਾ ਅਤੇ ਵੇਖ ਸਕਦੇ ਯਾਰ ਤੁਸੀਂ ਫੁੱਲ ਮੁੰਬਈ ਬਿੱਲ ਆਉਣ ਵਾਲਾ ਹੈ ਅਤੇ ਹਿੰਦੀ 'ਚ ਬੋਲੀਏ ਤਾਂ ਮਾਈ ਲੋ ਮਜ਼ਾ ਆਉਣ ਵਾਲਾ ਭਾਊ ਅਤੇ ਕੈਚਅਪ ਵੀ ਮਿਲਦੀ ਹੈ ਨਾਲ ਇੱਕ ਭਾਈ ਕੇ ਦੀ ਹੈ ਸਪੈਸ਼ਲ ਕੈਚਅਪ ਹੈ ਟੇਸਟ ਕਰਦੇ ਹਾਂ ਔਸਮ ਗਾਇਸ ਮਜ਼ਾ ਆ ਗਿਆ ਕਿਉਂ ਦੇਖੋ ਅੱਜ ਤੱਕ ਆਪਾਂ ਤਾਂ ਖਾਧਾ ਨਹੀਂ ਗਰਮ ਭਾਈ ਨਹੀਂ ਖਾਧਾ ਇਹੋ ਜਿਹਾ ਫੂਡ ਯਾਰ ਟੇਸਟ ਕਰ ਬਿਲਕੁਲ ਬਿਲਕੁਲ ਮਜ਼ਾ ਆ ਗਿਆ ਕ੍ਰਿਸਪੀ ਪਨ ਇੰਨਾ ਅੱਛਾ ਆ ਰਿਹਾ ਨਾ ਪਾਓ ਦਾ ਟੇਸਟ ਦੇ ਨਾਲ ਜੋ ਮਜ਼ਾ ਵਿੱਚ ਜੋ ਫੀਲਿੰਗ ਕੀਤੀ ਹੋਈ ਆ ਇਹ ਵਾ ਮਜ਼ਾ ਆ ਗਿਆ ਇਹਦੇ ਵਿੱਚ ਇੱਕੋ ਚੀਜ਼ ਬੋਲਣਾ ਚਾਹਾਂਗਾ ਲਾਜਵਾਬ ਸ਼ਾਨਦਾਰ ਮਜ਼ੇਦਾਰ ਮਜ਼ਾ ਹੀ ਆ ਚੁੱਕਾ ਅਤੇ ਹੁਣ ਗਗਨ ਭਾਈ ਨੂੰ ਬੋਲਾਂਗਾ ਦੂਜਾ ਟੇਸਟ ਕਰਨ ਅਤੇ ਤੁਹਾਨੂੰ ਦੱਸ ਦਿਆ ਕਿੱਦਾਂ ਟੇਸਟ ਆ ਅਤੇ ਮੈਨੂੰ ਜਿਸਨੇ ਖਵਾਇਆ ਅੱਜ ਕਲਾਸਿਕ ਵੜਾ ਪਾਓ ਮੁੰਬਈ ਦਾ ਸਪੈਸ਼ਲ ਇਹੀ ਹੈ ਜਿਹੜਾ ਉੱਥੋਂ ਵੜਾ ਬਹੁਤ ਫੇਮਸ ਹੋਇਆ ਬੇਸ ਆਈਟਮ ਇਹੀ ਹੈ ਕਲਾਸਿਕ ਵੀਰ ਸਹੀ ਕਹਿ ਰਹੇ ਬਿਲਕੁਲ ਸਹੀ ਅਤੇ ਆਪਾਂ ਟੇਸਟ ਕਰਦੇ ਹਾਂ ਅਤੇ ਇਹਦਾ ਫੀਲ ਲੈਂਦੇ ਹਾਂ ਵਾਕਈ ਕਿ ਮੁੰਬਈ ਦਾ ਫੂਡ ਇੱਥੇ ਹੈਗਾ ਜਾਂ ਗੱਲ ਹੀ ਹੈ ਮਜ਼ਾ ਹੀ ਕੁਛ ਹੋਰ ਹੈ ਇੰਨਾ ਟੇਸਟੀ ਹੈ ਨਾ ਪਹਿਲੇ ਮੈਂ ਇਹਦੇ ਲਈ 3 ਵਰਡਸ ਯੂਜ਼ ਕਰਦਾ ਉਸ ਤੋਂ ਬਾਅਦ ਡਿਟੇਲ ਦੱਸਦਾ ਲਾਜਵਾਬ ਮਜ਼ੇਦਾਰ ਸ਼ਾਨਦਾਰ 3 ਵਰਡ ਇਹਦੇ ਲਈ ਪਹਿਲਾਂ ਤਾਂ ਸੀਗੇ ਸਪੈਸ਼ਲ ਮੈਨੂੰ ਲੱਗਦਾ ਕਿ ਜਿਹੜਾ ਮੁੰਬਈ ਦਾ ਫੂਡ ਜਲੰਧਰ ਪੰਜਾਬ ਵਿੱਚ ਆ ਚੁੱਕਾ ਨਾ ਮੈਨੂੰ ਲੱਗਦਾ ਕਿ ਅਸੀਂ ਇਹਨੂੰ ਇੰਨਾ ਟੇਸਟ ਨਹੀਂ ਕਰਨਾ ਮੈਨੂੰ ਲੱਗਦਾ ਬੰਬੇ ਤੋਂ ਇੱਥੇ ਆ ਕੇ ਲੋਕਾਂ ਨੂੰ ਖਾਣਾ ਪੈਣਾ ਜਿੰਨਾ ਭਾਈ ਨੇ ਟੇਸਟੀ ਇੱਥੇ ਬਣਾਤਾ ਜੀ ਕਿੱਦਾਂ ਸੱਚੀ ਗੱਲ ਹੈ ਗਾਇਸ ਅਤੇ ਇਹਦੇ ਨਾਲ ਮੈਂ ਇੱਕ ਚੀਜ਼ ਵੇਖੀ ਨੋਟਿਸ ਕੀਤੀ ਨਾਲ ਮਿਰਚੀ ਵੀ ਦਿੰਦੇ ਭਾਅ ਜੀ ਚਿੱਲੀ ਯਾਰ ਮੈਂ ਇੰਨਾ ਨਹੀਂ ਖਾਂਦਾ ਅਤੇ ਬਟ ਇਹਦੇ ਇਹ ਵੀ ਥੋੜ੍ਹਾ ਜਿਹਾ ਜ਼ਿਆਦਾ ਸਪਾਈਸੀ ਹੈ ਕਿਉਂਕਿ ਉੱਥੇ ਤੱਕ ਜਿਹੜੇ ਮਸਾਲਾਸ ਯੂਜ਼ ਕਰਦੇ ਨੇ ਜੋ ਵੀ ਰੈਸਪੀ ਉੱਥੇ ਦੀ ਹੈ ਸੇਮ ਰੈਸਪੀ ਪੰਜਾਬੀ ਟੇਸਟ ਨਹੀਂ ਹੈ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਟਿਪੀਕਲ ਵੜਾ ਪਾਓ ਦਾ ਹੀ ਟੇਸਟ ਮਿਲਣ ਵਾਲਾ ਜਿਹੜੀ ਓਰੀਜਨਲ ਆਈਟਮ ਮਹਾਰਾਸ਼ਟਰ ਦੀ ਹੈ ਸੇਮ ਟੂ ਸੇਮ ਟੇਸਟ ਭਾਜੀ ਮਜ਼ਾ ਆ ਗਿਆ ਮਤਲਬ ਬੰਬੇ ਦਾ ਟੇਸਟ ਪੰਜਾਬ 'ਚ ਜੀ ਇੱਕ ਵਾਰ ਫਿਰ ਯਾਰ ਲਾਜਵਾਬ ਮਜ਼ੇਦਾਰ ਸ਼ਾਨਦਾਰ ਬਹੁਤ ਮਜ਼ਾ ਆਇਆ ਮੈਨੂੰ ਆਪਾਂ ਇਹਨੂੰ ਫੂਡ ਫਿਨਿਸ਼ ਕਰਦੇ ਹਾਂ ਤਾਂ ਐਂਡ ਤੁਹਾਡੇ ਨਾਲ ਫਿਰ ਇੱਕ ਵਾਰੀ ਭਾਜੀ ਨੂੰ ਮਿਲ ਕੇ ਜ਼ਰੂਰ ਸ਼ੇਅਰ ਕਰਦੇ ਹਾਂ ਬਹੁਤ ਹੀ ਮਜ਼ੇਦਾਰ ਫੂਡ ਅੱਜ ਮਿਲਿਆ ਯਾਰ ਜੀਤ ਮਜ਼ਾ ਆ ਗਿਆ ਭਾਈ ਅੱਜ ਤੱਕ ਨਹੀਂ ਖਾਧਾ ਸੀਗਾ ਨਵੀਂ ਚੀਜ਼ ਟੇਸਟ ਕਰਾਤੀ ਹੈ ਮੁੰਬਈ ਦਾ ਫੂਡ ਵਾਕਈ ਪੰਜਾਬ ਜਲੰਧਰ ਵਿੱਚ ਜਲੰਧਰ ਵਿੱਚ ਨਾਮ ਗੋਲੀ ਬੜਾ ਪਾਉ ਨੰਬਰ 1 ਸਹੀ ਨੰਬਰ 1 ਮਤਲਬ ਨੰਬਰ 1 ਭਈਆ ਰਿਐਲਿਟੀ ਨੰਬਰ 1 ਮਜ਼ਾ ਆ ਗਿਆ ਥੈਂਕ ਯੂ ਬੜੀ ਅੱਛੀ ਚੀਜ਼ ਤੁਸੀਂ ਜਲੰਧਰ ਵਾਸੀਆਂ ਲਈ ਲੈ ਕੇ ਆਏ ਹੋ ਜੇ ਕੋਈ ਬੰਦਾ ਜਲੰਧਰ ਦੇ ਨੇੜੇ ਤੇੜੇ ਹੈ ਜਾਂ ਜਲੰਧਰ ਆਉਣਾ ਚਾਹੁੰਦਾ ਤਾਂ ਮਾਤਾ ਰਾਣੀ ਚੌਂਕ ਬੁਲਟ ਟਾਊਨ ਬੜਾ ਪਾਉ ਦਾ ਬੰਬੇ ਟੇਸਟ ਤੁਸੀਂ ਇੱਥੇ ਕਰ ਸਕਦੇ ਹੋ ਬੜਾ ਪਾਉ ਦਾ ਬਹੁਤ ਹੀ ਮਜ਼ੇਦਾਰ ਟੇਸਟ ਹੈ ਅਤੇ ਭਈਆ ਇੱਕ ਵਾਰੀ ਮੈਂ ਲੋਕੇਸ਼ਨ ਤੁਸੀਂ ਆਪਣੇ ਮੂੰਹ ਤੋਂ ਇੱਕ ਵਾਰੀ ਦੁਬਾਰਾ ਦੱਸ ਦਿਓ ਇੱਕ ਵਾਰੀ ਫੋਨ ਨੰਬਰ ਦੁਬਾਰਾ ਦੱਸ ਦਿਓ ਸ਼ੋਰ ਸਰ ਆਪਣੀ ਲੋਕੇਸ਼ਨ ਜੀ ਜਲੰਧਰ ਮੋਰਲ ਟਾਊਨ ਮਾਤਾ ਰਾਣੀ ਚੌਂਕ ਦੀ 3 ਨੰਬਰ ਦੀ ਦੁਕਾਨ ਆ ਇੱਥੇ ਦਾ ਫੇਮਸ ਬਰਗਰ ਸ਼ੇਕ ਕਾਫੀ ਫੇਮਸ ਆ ਉਹਦੇ ਬਿਲਕੁਲ ਸਾਹਮਣੇ ਦੀ ਦੁਕਾਨ ਆ ਅਤੇ ਮੇਰਾ ਨੰਬਰ 9872639411 ਅਤੇ ਇਹ ਐਡਰੈਸ ਅਤੇ ਫੋਨ ਨੰਬਰ ਤੁਹਾਨੂੰ ਭਈਆ ਵੱਲੋਂ ਮਿਲ ਚੁੱਕਾ
ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਇੱਦਾਂ ਹੀ ਸਪੋਰਟ ਬਣਾ ਕੇ ਰੱਖਣਾ। ਇਹ ਸੀਗੀ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਟੇਸਟੀ ਫੂਡ। ਇੱਦਾਂ ਦੀਆਂ ਹੋਰ ਸਾਰੀਆਂ ਬਹੁਤ ਜ਼ਿਆਦਾ ਵੀਡੀਓਜ਼ ਤੁਹਾਡੇ ਲਈ ਹੋਰ ਇਕੱਠੀਆਂ ਕਰ ਰਹੇ ਹਾਂ ਅਤੇ ਕੰਟੀਨਿਊ ਇਹ ਚੈਨਲ ਹੈ ਹੁਣ ਅਤੇ ਤੁਹਾਨੂੰ ਰੈਗੂਲਰ ਵੀਡੀਓਜ਼ ਇੱਥੇ ਦੇਖਣ ਨੂੰ ਮਿਲਣਗੀਆਂ। ਇੱਦਾਂ ਹੀ ਆਪਣਾ ਪਿਆਰ ਦਿੰਦੇ ਰਹਿਣਾ। ਥੈਂਕਸ ਫੋਰ ਵਾਚਿੰਗ। ਮਿਲਦੇ ਹਾਂ ਅਗਲੀ ਵੀਡੀਓ 'ਚ।